ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗੁਰਪ੍ਰੀਤ ਸਿੰਘ ਸਰਖਾਬ ਹੈ ਅਤੇ ਮੈਂ ਚੰਡੀਗੜ੍ਹ ਆਰਟ ਕਾਲਜ ਦਾ ਸਟੂਡੈਂਟ ਹਾਂ ਅਤੇ ਮੈਂ ਇੰਨੀ ਦਿਨੀ MFA ਫਸਟ ਈਅਰ ਦੇ ਵਿੱਚ ਪੇਂਟਿੰਗ ਕਰ ਰਿਹਾ ਵਾਂ ਅਤੇ ਮੇਰੇ ਜ਼ਿਆਦਾਤਰ ਜਿਹੜੇ ਵਿਸ਼ੇ ਆ ਉਹ ਰਿਅਲਿਸਟਿਕ ਨੂੰ ਲੈ ਕੇ ਹੀ ਮੈਂ ਕੰਮ ਕਰਦਾ ਅਤੇ ਉਹਨਾਂ ਦੇ ਵਿੱਚ ਜਿੱਦਾਂ ਕੰਸੈਪਚੁਅਲ ਕੰਮ ਜਾਂ ਹੋਰ ਸਾਡੇ ਰਵਾਇਤੀ ਜਿਹੜੇ ਮਤਲਬ ਜਿਨ੍ਹਾਂ ਤੋਂ ਅਸੀਂ ਮੇਰੇ 'ਤੇ ਜਿਨ੍ਹਾਂ ਦਾ ਇਨਫਲੂਐਂਸ ਹੈ, ਜਿਨ੍ਹਾਂ ਦਾ ਪ੍ਰਭਾਵ ਹੈ, ਜਿੱਦਾਂ ਕਿ ਗੁਰੂ ਸਾਹਿਬ ਵੱਲੋਂ ਬਖਸ਼ਿਆ ਹੋਇਆ ਸੰਗੀਤ ਹੈ ਜਾਂ ਰਵਾਇਤੀ ਜਿਹੜੀਆਂ ਸਾਡੀਆਂ ਗਾਇਕੀ ਹੈ ਜਾਂ ਰਵਾਇਤੀ ਜਿਹੜੀਆਂ ਸਾਡੀਆਂ ਪੁਸ਼ਾਕਾਂ ਹੈ ਔਰ ਰਵਾਇਤੀ ਜਿਹੜੇ ਸਾਡੇ ਰਹਿਣ ਸਹਿਣ ਹੈ ਜਿਨ੍ਹਾਂ ਦੇ ਵਿੱਚੋਂ ਸਿੱਧ ਪੱਧਰੇ ਤਰੀਕੇ ਦੇ ਨਾਲ ਅਸੀਂ ਆਪਣੇ ਆਪ ਨੂੰ ਪੰਜਾਬ ਦੇ ਵਿੱਚ ਮਤਲਬ ਰੀਪ੍ਰਜੈਂਟ ਕੀਤਾ ਅਤੇ ਉਹਨਾਂ ਚੀਜ਼ਾਂ ਨੂੰ ਮੈਂ ਪੇਂਟਿੰਗ ਦੇ ਥਰੂ ਪੇਂਟ ਕਰ ਰਿਹਾ ਵਾਂ, ਉਹਨਾਂ ਨੂੰ ਵਿਜ਼ੁਅਲਾਈਜੇਸ਼ਨ ਕਰ ਰਿਹਾ ਵਾਂ, ਜਿਸ ਤਰ੍ਹਾਂ ਕਿ ਆਪ ਜੀ ਦੇਖ ਰਹੇ ਹੋ ਪਿੱਛੇ ਪੇਂਟਿੰਗ ਲੱਗੀ ਹੋਈ ਹੈ। ਅਤੇ ਇਹਦੇ ਵਿੱਚ ਮੈਂ ਮਿਊਜ਼ਿਕ ਨੂੰ ਲੈ ਕੇ ਔਰ ਮਿਊਜ਼ਿਕ ਦੇ ਗਾਉਣ ਜਿਹੜੇ ਫੋਕ ਸਿੰਗਰ ਹੈ ਜਿਹੜੇ ਕਿ ਬੋਲੀਆਂ ਪਾਉਂਦੇ ਰਹੇ ਹੈ, ਭੰਗੜੇ ਦੇ ਨਾਲ ਬੋਲੀਆਂ ਪਾਉਂਦੇ ਆ, ਅਤੇ ਨਾਲੇ ਜਿਨ੍ਹਾਂ ਦੇ ਥਰੂ ਇਹ ਚੀਜ਼ ਜਿੰਦਾ ਰਹੀ ਹੈ ਅੱਜ ਤੱਕ, ਉਹ ਸਾਰਾ ਉਹ ਚਾਹੇ ਬਿਰਤਾਂਤ ਹੋਵੇ, ਉਹ ਚਾਹੇ ਮੈਥੋਲੋਜੀ ਜਾਂ ਇਤਿਹਾਸ ਦੇ ਵਿੱਚੋਂ ਕੁਛ ਘਟਨਾਵਾਂ ਹੋਣ, ਉਹਨਾਂ ਨੂੰ ਬੋਲੀਆਂ ਦੇ ਥਰੂ ਜਾਂ ਗਾਇਕੀ ਦੇ ਹੋਰ ਢੰਗਾਂ ਦੇ ਥਰੂ ਪੇਸ਼ ਕਰ ਰਹੀ ਹੈ, ਪੇਸ਼ਕਾਰੀ ਜਿਹੜੀ ਉਹ ਕਲਾਸ ਹੈ ਉਹਨੂੰ ਓਨਰ ਕੀਤਾ। ਅਤੇ ਇਹਦੇ ਵਿੱਚ ਮੈਂ ਮਿਊਜ਼ਿਕ ਨੂੰ ਬੇਸਿਕਲੀ ਮਤਲਬ ਅੱਗੇ ਰੱਖ ਕੇ ਕੰਮ ਕੀਤਾ ਹੋਇਆ, ਜਿਵੇਂ ਕਿ ਆਪ ਜੀ ਦੇਖ ਰਹੇ ਹੋ ਕਿ ਜਿਹੜਾ ਇਹਦੇ ਵਿੱਚ ਥੱਲੇ ਮੋਰ ਦੀ ਸ਼ੇਪ ਦਾ ਇੱਕ ਆਕਾਰ ਬਣਿਆ ਹੋਇਆ, ਉਹਦੇ ਵਿੱਚ ਉਹਦਾ ਜਿਹੜਾ ਪ੍ਰਭਾਵ ਹੈ ਉਹ ਸਿਰਲਿਸਟਿਕ ਹੈ, ਅਤੇ ਉਹ ਸਿਰਲਿਸਟਿਕ ਵੇ ਇਸ ਕਰਕੇ ਬਣਾਇਆ ਹੋਇਆ ਕਿਉਂਕਿ ਮਿਊਜ਼ਿਕ ਫੋਰਮਲੈਸ ਹੈ, ਕਿਤੇ ਨਾ ਕਿਤੇ ਉਹਦੀ ਇੱਕ ਮਤਲਬ ਉਹ ਇੱਕ ਫੋਰਮ ਦੇ ਵਿੱਚ ਬੱਝਿਆ ਨਹੀਂ ਹੋਇਆ। ਸੋ ਉੱਪਰ ਜਾ ਕੇ ਫਿਰ ਜਦੋਂ ਸ਼ਬਦਾਂ ਦੇ ਨਾਲ ਉਹਦਾ ਆਨ ਪ੍ਰਦਾਨ ਹੁੰਦਾ ਅਤੇ ਉਹ ਆਪਣੇ ਆਪ ਇੱਕ ਫੋਰਮ ਕ੍ਰੀਏਟ ਕਰਦਾ, ਇੱਕ ਨਰੇਸ਼ਨ ਹੁੰਦੀ ਹੈ, ਅਤੇ ਉਹ ਜਿਹੜੇ ਉਹਨਾਂ ਨੂੰ ਗਾਉਣ ਵਾਲੇ ਨੇ ਉਹ ਆਪਣਾ ਜਿਹੜਾ ਅੰਦਾਜ਼ ਹੈ, ਅੰਦਾਜ਼ੇ ਬਿਆਨੀ ਹੈ, ਉਹਦੇ ਵਿੱਚ ਉਹ ਰਿਦਮ ਉਹ ਤਾਲ ਲੈ ਐਟੋਮੈਟਿਕਲੀ ਉਹਦਾ ਵਿੱਚ ਉਤਾਰਾ ਹੋ ਜਾਂਦਾ ਹੈ। ਅਤੇ ਉਸ ਤੋਂ ਪਿੱਛੇ ਮੈਂ ਖਾਲਸਾ ਕਾਲਜ ਦੀ ਬਿਲਡਿੰਗ ਦਿਖਾਈ ਹੈ, ਜੋ ਲੰਮਾ ਸਮਾਂ ਜਿੰਨੇ ਇਸ ਰਵਾਇਤੀ ਇਤਿਹਾਸਿਕ ਔਰ ਇਹ ਜਿਹੜੀਆਂ ਸਾਰੀਆਂ ਜਿਹੜੀਆਂ ਕਲਾਵਾਂ ਨੇ ਉਹਨਾਂ ਨੂੰ ਸੰਭਾਲ ਕੇ ਰੱਖਣ ਦੇ ਵਿੱਚ ਵਡਮੁੱਲਾ ਯੋਗਦਾਨ ਪਾਇਆ, ਉਹਨਾਂ ਦੇ ਵਿੱਚ ਇਹ ਬੋਲੀਆਂ ਭੰਗੜਾ ਜਾਂ ਹੋਰ ਕਹਿ ਸਕੀਏ ਕਿ ਸਾਡੇ ਪੰਜਾਬ ਦੀਆਂ ਜਿਹੜੀਆਂ ਰਵਾਇਤੀ ਜਿਹੜੀਆਂ ਗਾਇਕੀ ਹੈ ਉਹਨੂੰ ਲੈ ਕੇ ਚੱਲੇ ਨੇ। ਅਤੇ ਪਿੱਛੇ ਦੇਖ ਰਹੇ ਹੋ ਇਸ ਭਾਈ ਸਾਹਿਬ ਭਾਈ ਰਾਮ ਸਿੰਘ ਜੀ ਦੁਆਰਾ ਆਰਕੀਟੈਕਟ ਕੀਤਾ ਗਿਆ ਸੀਗਾ। ਸੋ ਇਹ ਆਰਟ ਜਿਹੜੇ ਗਾ ਰਹੇ ਨੇ ਇਸ ਉੱਥੋਂ ਦੇ ਹੀ ਸਟੂਡੈਂਟ ਨੇ, ਉਹਨਾਂ ਨੂੰ ਰੈਫਰੈਂਸ ਲੈ ਕੇ ਮੈਂ ਇਸ ਜਿਹੜੀ ਹੈ ਵਿਜ਼ੁਅਲਾਈਜੇਸ਼ਨ ਕੀਤੀ ਹੈ, ਫਿਰ ਉਹਨੂੰ ਆਪਣੇ ਢੰਗ ਦੇ ਨਾਲ ਪੇਸ਼ ਕੀਤਾ। ਇਸੇ ਤਰ੍ਹਾਂ ਹੀ ਜਿਹੜੇ ਮੇਰੇ ਹੋਰ ਵੀ ਕੰਮ ਨੇ ਪੰਜਾਬ ਦੇ ਵਿੱਚ, ਜਿੱਦਾਂ ਸਾਡੇ ਗੁਰਮਤਿ ਸੰਗੀਤ ਦਾ ਬੜੀ ਉਹ ਹੈ, ਰਵਾਇਤੀ ਹੈ ਜਿਹੜੀ ਕਲਾ ਉੱਭਰ ਕੇ ਆ ਰਹੀ ਹੈ, ਬੇਸ਼ੱਕ ਉਹ ਕਿਸੇ ਟਾਈਮ ਆਪਣੇ ਆਪ ਦੇ ਵਿੱਚ ਉਹ ਮਤਲਬ ਪੱਛਮੀ ਜਿਹੜੇ ਸੰਗੀਤ ਦੇ ਥਰੂ ਉਹ ਘੱਟ ਹੋ ਗਈ ਸੀਗੀ ਉਹਦੀ ਰੇਸ਼ੋ, ਲੇਕਿਨ ਹੁਣ ਫਿਰ ਆ ਕੇ ਕਿਤੇ ਨਾ ਕਿਤੇ ਉਹ ਆਪਣਾ ਜਿਹੜਾ ਇਹ ਰੋਬ ਹੈ ਜਾਂ ਆਪਣਾ ਜਿਹੜਾ ਵਜੂਦ ਹੈ ਉਹ ਕਾਇਮ ਕਰਨ ਦੇ ਵਿੱਚ ਸਹਾਇਕ ਹੋ ਰਹੀ ਹੈ। ਅਤੇ ਉਹਦੇ ਪਿੱਛੇ ਮੈਂ ਦੇਖ ਰਿਹਾ ਕਿ ਮਤਲਬ ਉਹ ਸਿੱਖਿਆ ਵੀ ਜਾ ਰਿਹਾ ਔਰ ਗਾਇਆ ਵੀ ਜਾ ਰਿਹਾ, ਪਰ ਮਤਲਬ ਬਹੁਤ ਘੱਟ ਲੋਕਾਂ ਦੇ ਕੋਲ ਫਿਰ ਵੀ ਪਹੁੰਚ ਰਿਹਾ ਹੈ, ਪਰ ਉਹਦੀ ਵਿਜ਼ੁਅਲਾਈਜੇਸ਼ਨ ਦੀ ਘਾਟ ਮੈਨੂੰ ਨਜ਼ਰ ਆਈ। ਫਿਰ ਮੈਂ ਜਦੋਂ ਇਹਨੂੰ ਵਿਜ਼ੁਅਲਾਈਜੇਸ਼ਨ ਦੇ ਵਿਜ਼ੁਅਲ ਦਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਮੈਨੂੰ ਆਪਣੀ ਪੇਂਟਿੰਗ ਤੋਂ ਵੱਡਾ ਕੋਈ ਢੰਗ ਜਾਂ ਆਪਣੀ ਪੇਂਟਿੰਗ ਤੋਂ ਵੱਡਾ ਕੋਈ ਜ਼ਰੀਆ ਨਹੀਂ ਨਜ਼ਰ ਆਇਆ। ਅਤੇ ਜਿੱਥੋਂ ਤੱਕ ਮੇਰੀ ਗੱਲ ਹੈ, ਮੇਰੀ ਜਿਹੜੀ ਜਰਨੀ ਹੈ ਉਹ ਇੱਦਾਂ ਦੀ ਹੈ ਕਿ ਮੇਰਾ ਜਿਹੜਾ ਘਰ ਹੈ ਔਰ ਜਿਹੜਾ ਮੇਰਾ ਆਲਾ ਦੁਆਲਾ ਹੈ, ਮੇਰੀ ਸਟਾਰਟਿੰਗ ਦੇ ਦਿਨਾਂ ਦੇ ਵਿੱਚ ਪਰਵਰਿਸ਼ ਹੀ ਮਿਊਜ਼ਿਕ ਦੇ ਵਿੱਚ ਹੋਈ ਹੈ। ਮੇਰੇ ਦਾਦਾ ਜੀ ਔਰ ਮੇਰੇ ਨਾਨਾ ਜੀ ਪਾਕਿਸਤਾਨ ਦੇ ਵਿੱਚ ਮਿਊਜ਼ਿਕ ਗਾਉਂਦੇ ਸਨ, ਧਾਰਮਿਕ ਮਿਊਜ਼ਿਕ ਔਰ ਢਾਡੀ ਔਰ ਕੀਰਤਨ ਕਰਦੇ ਸਨ, ਤਾਂ ਉਹਨਾਂ ਦਾ ਜਿਹੜਾ ਪ੍ਰਭਾਵ ਹੈ, ਉਹਨਾਂ ਦੇ ਜਿਹੜੇ ਇੰਸਟਰੂਮੈਂਟ ਹੈ ਉਹ ਮੇਰੇ ਕੋਲ ਘਰ ਮੈਨੂੰ ਦੇਖਣ ਨੂੰ ਮਿਲਦੇ ਸੀਗੇ ਡੇਲੀ। ਉਹਨਾਂ ਦੇ ਮੈਂ ਦਰਸ਼ਨ ਕਰਦਾ ਸੀ, ਉਹਨਾਂ ਨੂੰ ਪਲੇ ਕਰਦਾ ਸੀ, ਉਹ ਕਿਤੇ ਨਾ ਕਿਤੇ ਉਹ ਮੇਰੀ ਮੇਰੇ ਸਬਕੌਨਸ਼ੀਅਸ ਦੇ ਵਿੱਚ ਪਏ ਸਨ। ਤਾਂ ਉਹ ਜਿਹੜਾ ਥਾਟ ਆਫ ਸਕੂਲ ਹੈ ਉਹ ਪਹਿਲਾਂ ਹੀ ਕੰਮ ਕਰ ਰਿਹਾ ਸੀਗਾ, ਪਰ ਇੱਥੇ ਆ ਕੇ ਫਿਰ ਮੈਨੂੰ ਉਹ ਮੌਕਾ ਮਿਲ ਗਿਆ ਆਪਣੇ ਆਪ ਨੂੰ ਉਹਨਾਂ ਚੀਜ਼ਾਂ ਦੇ ਵਿੱਚ ਢਾਲ ਕੇ ਆਪਣੀਆਂ ਪੇਂਟਿੰਗਸ ਨੂੰ ਬਣਾਉਣ ਦਾ, ਕਿ ਤਾਂ ਜੋ ਅਸੀਂ ਆਪਣਾ ਜਿਹੜਾ ਵਿਰਸਾ ਹੈ, ਸਾਡਾ ਜਿਹੜਾ ਬਹੁਮੁੱਲਾ ਵਿਰਸਾ ਹੈ ਜਿਹਦੇ ਜਿਹੜਾ ਸਾਨੂੰ ਗੁਰੂ ਸਾਹਿਬਾਨ ਨੇ ਬਖਸ਼ਿਸ਼ ਕੀਤਾ ਹੋਇਆ ਹੈ, ਜਿੱਦਾਂ ਗੁਰਮਤਿ ਸੰਗੀਤ ਆ, ਫਿਰ ਉਹਦੇ ਵਿੱਚ ਅਲੱਗ ਅਲੱਗ ਸਾਜ਼ਾਂ ਦੀ ਜਿਹੜੀ ਇਨੋਵੇਸ਼ਨ ਹੋਈ ਹੈ, ਜਿਵੇਂ ਰਬਾਬ ਹੈ,
ਜਿਵੇਂ ਦਿਲਰੁਬਾ ਹੈ, ਜਿਵੇਂ ਤਾਊਸ਼ ਹੈ, ਜਿਵੇਂ ਸਰੰਦਾ ਹੈ, ਔਰ ਜਿਹੜਾ ਔਰ ਬਾਅਦ ਵਿੱਚ ਆ ਕੇ ਸਰੰਗੀ ਵੀ ਜੁੜ ਜਾਂਦਾ ਹੈ, ਭਾਵੇਂ ਕਿ ਇਹ ਸਾਜ਼ ਸਾਡੇ ਗੁਰਮਤਿ ਦਾ ਸਾਜ਼ ਨਹੀਂ ਹੈ, ਪਰ ਫਿਰ ਵੀ ਇਹਨੂੰ ਮਾਨਤਾ ਦਿੱਤੀ ਗਈ ਹੈ। ਤਾਂ ਉਹ ਜਿਹੜੇ ਕਲਾਕਾਰ ਉਹ ਜਿਨ੍ਹਾਂ ਨੇ ਇਹਨਾਂ ਚੀਜ਼ਾਂ ਨੂੰ ਜ਼ਿੰਦਾ ਰੱਖਿਆ ਹੈ, ਉਹ ਕਿਤੇ ਨਾ ਕਿਤੇ ਸਾਡੀਆਂ ਅੱਖਾਂ ਤੋਂ ਪਰੋਖੇ ਹਨ। ਮੈਨੂੰ ਲੱਗਦਾ ਕਿ ਜੇ ਉਹ ਉਹਨਾਂ ਦਾ ਅਸਲ ਵਿਜ਼ੂਅਲ ਸਾਹਮਣੇ ਆਵੇ ਤਾਂ ਸਾਨੂੰ ਹੋਰ ਜ਼ਿਆਦਾ ਜਾਣਕਾਰੀ 'ਚ ਵਾਧਾ ਹੋਊਗਾ, ਕਿਉਂਕਿ ਅਸੀਂ ਜਿਹੜੇ ਦੇਖਣਗੇ, ਜਿਹੜੇ ਇਹਨਾਂ ਚੀਜ਼ਾਂ ਤੋਂ ਅਣਜਾਣ ਆ, ਉਹ ਕਿਤੇ ਨਾ ਕਿਤੇ ਇਹਨਾਂ ਨੂੰ ਸਰਚ ਕਰਨਗੇ, ਇਹਨਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਨਗੇ। ਸੋ ਮਿਊਜ਼ਿਕ ਨੂੰ ਬੇਸਿਕਲੀ ਲੈ ਕੇ, ਔਰ ਜਿੱਦਾਂ ਸਾਡਾ ਸਪਿਰਚੁਅਲ ਮਿਊਜ਼ਿਕ ਹੈ, ਸਾਡੀ ਸਪਿਰਿਟ ਜੁੜੀ ਹੋਈ ਹੈ, ਅਨਹਦ ਨਾਦ ਦੀ ਗੱਲ ਕਰਦੀ ਹੈ ਗੁਰਬਾਣੀ, ਔਰ ਗੁਰਬਾਣੀ ਗੱਲ ਕਰਦੀ ਹੈ ਸਾਡੇ ਧਿਆਨ ਦੀ ਗੱਲ ਕਰਦੀ ਹੈ, ਔਰ ਸਾਡੇ ਇਕਾਗਰਤਾ ਦੀ ਗੱਲ ਕਰਦੀ ਹੈ, ਅਖਲਾਕ ਦੀ ਗੱਲ ਕਰਦੀ ਹੈ। ਸੋ ਅਖਲਾਕ ਜਿਹੜਾ ਹੈ ਉਹ ਉਹਦੇ ਨਾਲ ਕਿਤੇ ਮਿਊਜ਼ਿਕ ਨੂੰ ਜੋੜ ਕੇ ਵੇਖਿਆ ਜਾਵੇ ਤਾਂ ਕਿਤੇ ਹੋਰ ਵੀ ਜ਼ਿਆਦਾ ਸਹਾਈ ਹੈ। ਔਰ ਉਹਨਾਂ ਤਿੰਨਾਂ ਚਾਰਾਂ ਚੀਜ਼ਾਂ ਨੂੰ ਮੈਂ ਫਿਰ ਪੇਂਟਿੰਗ ਦੇ ਨਾਲ ਜੋੜਤਾ। ਹੁਣ ਮੈਂ ਇਸ ਨੂੰ ਆਪਣੇ ਇੱਕ ਨਜ਼ਰੀਏ ਨਾਲ ਦੇਖਦਾ ਹਾਂ ਅਤੇ ਪੇਂਟ ਕਰਦਾ ਹਾਂ, ਅਤੇ ਮੈਨੂੰ ਬੜਾ ਹੀ ਅੱਛਾ ਲੱਗਦਾ ਹੈ, ਔਰ ਆਪਣੀ ਜਰਨੀ ਦੇ ਵਿੱਚੋਂ ਇਹ ਸਾਰੀਆਂ ਚੀਜ਼ਾਂ ਨਿਕਲ ਕੇ ਆ ਰਹੀਆਂ ਨੇ ਅਤੇ ਮੈਂ ਓਨਰ ਕਰ ਰਿਹਾ ਹਾਂ ਸਾਰੀਆਂ ਚੀਜ਼ਾਂ ਨੂੰ, ਅਤੇ ਮੈਨੂੰ ਮੈਂ ਬੜਾ ਪ੍ਰਭਾਵਿਤ ਹਾਂ ਇਹਨਾਂ ਚੀਜ਼ਾਂ ਤੋਂ, ਅਤੇ ਮੈਂ ਬਹੁਤ ਹੀ ਵਡਭਾਗੀ ਹਾਂ ਕਿ ਮੈਂ ਇਹ ਕਰ ਰਿਹਾ ਹਾਂ। ਧੰਨਵਾਦ ਜੀ।